ਰੱਖੇ ਇੱਕ ਦਾ ਇੱਕ ਮਿੰਟ ਖਾਨ ਜੀ ਮੇਰੇ ਪਾਸੇ ਵੇਖੀ ਜ਼ਮਾਨੇ ਦਾ ਦਸਤੂਰ ਹੈ ਜੈਂਦਾ ਪੁੱਤਰ ਮਰ ਜਾਵੇ ਉਸ ਬੁੱਢੜੇ ਪਿਓ ਨੂੰ ਲੋਕ ਜੱਫੀ ਪਾ ਕੇ ਟੁਰਦੇ ਨੇ ਜਾਣ ਨਾ ਪਵੇ ਇਹ ਤਾਂ ਪਿਓਆ ਝੜਦਾ ਵਧਾ ਪੁੱਤਰ ਦੀ ਲਾਸ਼ ਗੁਲੇਂਦਾ ਵਧਾ ਜੇ ਜਬਰੀ ਲਾਇਆ ਫਕੀਰ ਦੀ ਸ਼ਕਲ ਚ ਹਕਲ ਮਾਰ ਕੇ ਆਦਾ ਵਧਾ ਹਾਏ ਜਵਾਨ ਭਾਈ ਸਦਕੇ ਭਾਈ ਸਦਕੇ ਸਯਦਾ ਦਾ ਤੂੰ ਵੀ ਕੋਈ ਖੜਾਈ ਬਣੇ ਆਦਾ ਏ ਮੇਰਾ ਨਾਲ ਜਾਣੇ ਜਾਂਦਾ ਬਹੁ ਸੋਹਣਾ ਸਦਕੇ ਜਾਵਾ ਸਦਕੇ ਜਾਵਾ ਆਦਾ ਕਿਵੇਂ ਡਿੱਠਈ ਅਕਲ ਮਾਰ ਕੇ ਆਦਾ ਜੰਗ ਬਹੁ ਸੋਹਣੀ ਕਰਦਾ ਵਦਾ ਨਕਾ ਬੋੜਿਓ ਆਸ ਕਹਿ ਕੇ ਵੇਲੇ ਉੱਚੇ ਜੇ ਟਿੱਬੇ ਤੇ ਚੜਦਾ ਮਦੀਨੇ ਮੂੰਹ ਕਰਕੇ ਆਦਾ ਸੁਗਰਾ ਤਾਂਗਾ ਲਹਾ ਅਜਰ ਕਮਲ ਅੱਲਾ ਜੀ ਓ ਜਵਾਨ ਬਿਸਮਿਲਲਾ ਬਿਸਮਿਲਲਾ ਤਾਂਗਾ ਲਹਾ ਅਕਬਰ ਨੀ ਵੀ ਵਲਦਾ ਸਯਦਾਂ ਦਾ ਓ ਮੈਂ ਗਰੀਬ ਦਾ ਆਦਾ ਤੇਰਾ ਨਹੀਂ ਮੈਂ ਤੇਰੇ ਨਾਲ ਬੁਲੇਂਦਾ ਨਹੀਂ ਆਦਾ ਕਿਉਂ ਨੇ ਬੁਲੇਂਦਾ ਆਦਾ ਏ ਸੀਨੇ ਤੇ ਯਾਤਰਾ ਕੋਈ ਏਡਾ ਸੋਹਣਾ ਪੁੱਤਰ ਮਰਾਵਣ ਦੇ ਡਾਦਾ ਸਦਕੇ ਜਾਵਾਂ ਆਦਾ ਕਿਵੇਂ ਆਦਾ ਤੂੰ ਜਵਾਨੇ ਨਕਾਬ ਪਾਇਆ ਹੋਇਆਸ ਆਦਾ ਜੰਗ ਬੜੀ ਸੋਹਣੀ ਕਰਦਾ ਵਦਾ ਕਲਾਈ ਹੱਟੀ ਏ ਨੂਰ ਦੀ ਲਾਇਟ ਉਤਰੀ ਏ ਜਿਹੜੀ ਗਈ ਯਾਰਸ ਤੇ ਮੈਂ ਆਖਿਆ ਜਿਹੜੀ ਭੈਣ ਨੂੰ ਸਿੱਕਦਾ ਵਨਾ ਏ ਉਹਦਾ ਨਾ ਹੀ ਮੈਨੂੰ ਜ਼ਿਆਰਤ ਕਰਾ ਆਦਾ ਮੈਂ ਜ਼ਿਆਰਤ ਕੀਤੀ ਏ ਮੈਂ ਜ਼ਮੀਨ ਤੇ ਝੜਿਆ ਮੈਨੂੰ ਪਤਾ ਲੱਗਾ ਜੇ ਇਹ ਜਵਾਨ ਮੁਹੰਮਦ ਮਤ ਸਦਕੇ ਜਾਵਾਂ ਸਦਕੇ ਜਾਵਾਂ ਆਦਾ ਮੇਰਾ ਏ ਇੱਕ ਮਿੰਟ ਮੁੱਕ ਗਈ ਮੇਰੀ ਨੌਕਰੀ ਸਈਆ ਟੁਰਦਾ ਆ ਪੁੱਤਰ ਦੀ ਲਾਸ਼ ਤੇ ਆਇਆ ਏ ਅਜੇ ਬੋਲਿਆ ਨਹੀਂ ਜੇ ਜਿਬਰੀਲ ਆਂਦਾ ਏ ਮੈਂ ਮੰਨ ਗਿਆ ਆਦਾ ਕਿਵੇਂ ਮੰਨਿਆਈ ਆਦਾ ਜਦੋਂ ਦੂਰ ਆਏ ਤੇਰੀ ਕਮਰ ਸਿੱਧੀ ਆਈ ਆ ਦਾੜੀ ਕਾਲੀ ਆਈ ਆ ਜਦੋਂ ਪੁੱਤਰ ਕੋਲ ਆਇਆ ਕਮਰ ਝੁਕ ਗਈ ਦਾੜੀ ਸਫੈਦ ਸਦਕੇ ਜਾਵਾ ਸਦਕੇ ਜਾ ਪੁੱਤਰ ਨੂੰ ਚਾਇਆ ਚਾ ਕੇ ਤੁਰਿਆ ਏ ਰੋਵਣ ਵਾਲਿਆਂ ਦਾ ਅਖਬਾਰ ਆਖਰੀ ਵੇਲੇ ਮੇਰੇ ਨਾਲ ਬੁਲੇਂਦਾ ਮੈਂ ਭੈਣੀ ਨਾਲ ਵਾਦਾ ਕਰਕੇ ਆਇਆ ਜੇ ਜਿੰਦਾ ਪੁੱਤਰ ਗੇਨਾ ਸਾ ਰੋਵਣ ਵਾਲਿਓ ਜਦਾ ਕਰੀਬ ਆਇਆ ਅਕਬਰ ਗੱਲ ਚੁਬਾਈ ਕੱਢੀਆਂ ਨਾ ਸੈਦ ਪੁੱਤਰ ਨੂੰ ਸਮਾਇਆ ਰੋ ਰੋ ਕੇ ਆਦਾ ਜਿੰਨਾ ਮਿਲਣਾ ਏ ਜਿੰਦੇ ਸੁਬਹਾਨ ਅੱਲਾਹ